ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਦੋਸਤੋ, ਮਾਨਯੋਗ ਹਾਈ ਕੋਰਟ ਦੁਆਰਾ ਇੱਕ ਰਿਟ ਪਟੀਸ਼ਨ ਦੇ ਜਵਾਬ ਵਿੱਚ ਇੱਕ ਅਹਿਮ ਫੈਸਲਾ ਮੁਲਾਜ਼ਮਾਂ ਅਤੇ ਪੈਨਸ਼ਨਰ ਦੇ ਹੱਕ ਵਿੱਚ ਸੁਣਾਇਆ ਗਿਆ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰ ਦੀ ਤਨਖਾਹ 1/1/16 ਤੋਂ ਦੁਬਾਰਾ ਸੋਧੀ ਜਾਵੇਗੀ। ਕੀ ਹੈ ਇਹ ਪਟੀਸ਼ਨ, ਗੱਲ ਕਰਾਂਗੇ ਅੱਜ ਦੀ ਵੀਡੀਓ ਵਿੱਚ। ਵੀਡੀਓ ਪੂਰੀ ਦੇਖਿਓ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਦੋਸਤੋ, ਪੰਜਾਬ ਸਰਕਾਰ ਨੇ ਪਿੱਛੇ ਜੇ ਇੱਕ 6% DA ਦਾ ਬਕਾਇਆ ਦਿੱਤਾ ਸੀ ਜੋ ਬਹੁਤ ਪੁਰਾਣਾ ਸੀ, ਜਿਹੜਾ 1/7/2015 ਤੋਂ 31/12/2015 ਤੱਕ 113% ਤੋਂ 119%, ਯਾਨੀ ਕਿ 6% DA ਦਾ ਬਕਾਇਆ ਦਿੱਤਾ ਸੀ। ਇਹ ਸਾਰੇ ਮੁਲਾਜ਼ਮਾਂ ਨੂੰ ਮਿਲ ਚੁੱਕਿਆ ਹੈ। ਸਾਰੇ ਮੁਲਾਜ਼ਮਾਂ ਨੂੰ ਇਹ ਆਸ ਵੀ ਸੀ ਕਿ ਜਿਹੜੀ ਰੀਫਿਕਸਿੰਗ ਹੋਵੇਗੀ ਉਹ ਵੀ ਹੁਣ 119% ਦੇ ਨਾਲ ਹੀ ਹੋਵੇਗੀ, ਕਿਉਂਕਿ 6ਵਾਂ ਪੇ ਕਮਿਸ਼ਨ ਪੰਜਾਬ ਸਰਕਾਰ ਨੇ ਲਾਗੂ ਕੀਤਾ ਸੀ ਉਹ 1/1/16 ਨੂੰ ਕੀਤਾ ਸੀ, ਅਤੇ ਜਿਹੜੀ 31/12/15 ਨੂੰ ਬੇਸਿਕ ਸੀ ਉਸਨੂੰ 113 ਨਾਲ ਗੁਣਾ ਕੀਤਾ ਗਿਆ ਸੀ, ਕਿਉਂਕਿ ਉਸ ਵਕਤ DA 113 ਸੀ, ਕਿਉਂਕਿ 15% ਦਾ ਵਾਧਾ ਦੇ ਕੇ ਬੇਸਿਕ ਦੁਬਾਰਾ ਫਿਕਸ ਕੀਤੀ ਗਈ ਸੀ। ਹੁਣ 31/12/15 ਨੂੰ 119% DA 'ਤੇ ਮੁਲਾਜ਼ਮਾਂ ਨੂੰ ਬਹੁਤ ਆਸ ਸੀ ਕਿ ਸਰਕਾਰ ਉਹਨਾਂ ਦੀ ਬੇਸਿਕ ਨੂੰ 119 ਨਾਲ ਗੁਣਾ ਕਰਕੇ ਕਰਦੇ ਹੋਏ 15% ਦੇ ਕੇ ਉਹਨਾਂ ਦੀ ਬੇਸਿਕ ਫਿਕਸ ਕਰੇਗੀ। ਪਰ ਮਾਨਯੋਗ ਹਾਈ ਕੋਰਟ ਨੇ ਜੋ ਫੈਸਲਾ ਦਿੱਤਾ ਸੀ DA ਦਾ, ਉਹ ਸਿਰਫ DA ਹੀ ਦਿੱਤਾ ਗਿਆ ਸੀਗਾ, ਬੇਸਿਕ ਫਿਕਸ ਨਹੀਂ ਕੀਤੀ ਗਈ ਸੀਗੀ। ਕੋਰਟ ਵੱਲੋਂ ਪੰਜਾਬ ਗਵਰਨਮੈਂਟ ਨੂੰ ਇੱਕ ਆਰਡਰ ਜਾਰੀ ਕੀਤਾ ਗਿਆ ਕਿ 6 ਮਹੀਨੇ ਦੇ ਵਿੱਚ ਇਹ ਰੀਫਿਕਸਿੰਗ ਕੀਤੀ ਜਾਵੇ ਅਤੇ ਮੁਲਾਜ਼ਮਾਂ ਦੀ ਰੀਫਿਕਸ 1/1/2016 ਤੋਂ 119 ਦੇ ਨਾਲ DA ਨੂੰ ਮਰਜ ਕਰਦੇ ਹੋਏ ਕੀਤੀ ਜਾਵੇ। ਜੇ ਨਹੀਂ ਕਰਨੀ ਤਾਂ ਇਸਦੇ ਅਗੇਂਸਟ ਕੋਈ ਆਰਡਰ, ਯਾਨੀ ਕਿ ਇੱਕ ਸਪੀਕਿੰਗ ਆਰਡਰ ਜਾਰੀ ਕੀਤਾ ਜਾਵੇ ਕਿ ਇਹ ਕਿਉਂ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਮਾਨਯੋਗ ਹਾਈ ਕੋਰਟ ਨੇ ਆਪਣਾ ਫੈਸਲਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਦਿੱਤਾ ਹੈ ਔਰ ਇਹ ਮੁਲਾਜ਼ਮਾਂ ਦੇ ਲਈ ਕਾਫੀ ਵੱਡੀ ਖੁਸ਼ੀ ਦੀ ਗੱਲ ਹੈ, ਕਿਉਂਕਿ ਇਸ ਦੇ ਨਾਲ ਮੁਲਾਜ਼ਮਾਂ ਦੀ ਜੋ ਤਨਖਾਹ ਹੈ ਉਸਦੇ ਵਿੱਚ ਵਾਧਾ ਜ਼ਰੂਰ ਹੋਵੇਗਾ। ਜੇਕਰ ਮੁਲਾਜ਼ਮਾਂ ਦੀ ਤਨਖਾਹ 119% ਨਾਲ ਰੀਫਿਕਸ ਹੋਵੇਗੀ ਤਾਂ ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਜ਼ਰੂਰ ਇਸਦਾ ਲਾਭ ਜਿਹੜਾ ਉਹ ਮਿਲਣ ਵਾਲਾ ਹੈ। ਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋ ਥੈਂਕ ਯੂ।